नमस्कार, मैं राजेश गौतम, आप देख रहे हैं पंजाब केसरी जगबानी टीवी। मेरे साथ फतेहगढ़ साहब के सांसद डॉक्टर अमर सिंह हैं, जो प्रशासनिक अधिकारी केंद्र में रहे हैं और उनके ऊपर कांग्रेस पार्टी ने दोबारा विश्वास जताया है। बात करने के लिए मेरे साथ डॉक्टर साहब, इनसे बात करते हैं। डॉक्टर साहब, कांग्रेस पार्टी ने दोबारा आपके ऊपर विश्वास जताया है, क्या मुद्दा लेकर के इस बार आप अपने जो क्षेत्र है वहाँ पर जा रहे हैं? देखो, मैं जाऊँगा कि मैं जो श्री फतेहगढ़ साहब की पवित्र धरती लई, छोटे साहबजादियां लई, और मैं अपनी पार्लीमेंट दे श्री फतेहगढ़ साहब दे जिहड़े सारे मुद्दे चक्के ने पार्लीमेंट च, 60-70 वारी मैं बोलिया हर मुद्दे ते, किसानां दे मुद्दे जिहड़े चक्के आ, मजदूरां दे मुद्दे मैं चक्के आ, जिहड़ी साडी इंडस्ट्री आ जिहड़े इलाके च, मंडी गोबिंदगढ़, खन्ना, दोराहा, ਸਾਹਨੇਵਾਲ, ਮੰਡੀ, ਅਹਿਮਦਗੜ੍ਹ, ਹਰ ਚੀਜ਼ ਦਾ, ਫੀਡ ਇੰਡਸਟਰੀ ਦੀ, ਰਾਈਸ ਮਿਲ ਦੇ ਇਸ਼ੂ, ਜਿੰਨੇ ਵੀ ਸਾਰੇ ਇਸ਼ੂ ਸੀ, ਮੈਂ ਹਰ ਮੁੱਦੇ ਨੂੰ ਚੱਕਿਆ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦਾ ਕੇਂਦਰ ਸਰਕਾਰ ਕੋਈ ਨਾ ਕੋਈ ਹੱਲ ਕਰ ਦੇ। ਔਰ ਜਿੱਥੋਂ ਤੱਕ ਮੇਰਾ ਆਪਣਾ ਖਿਆਲ ਆ ਕਿ ਮੈਂ ਇਸ ਕੰਮ 'ਚ ਕਾਫੀ ਹੱਦ ਤੱਕ ਅਪੋਜੀਸ਼ਨ MP ਹੋਣ ਦੇ ਬਾਵਜੂਦ ਸਫਲ ਹੋਇਆ ਔਰ ਬਹੁਤ ਸਾਰੇ ਕੰਮ ਨਿਬੜ ਗਏ ਆ, ਕੁਛ ਪੈਂਡਿੰਗ ਵੀ ਹੈਗੇ। ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਬਣਵਾਇਆ ਰਾਏਕੋਟ 'ਚ, ਉਹ ਹੁਣ ਸ਼ੁਰੂ ਹੋਣ ਵਾਲਾ, ਬਸ ਥੋੜ੍ਹਾ ਜਿਹਾ ਉਹਦਾ ਕੰਮ ਬਚਿਆ। ਅਤੇ ਇਸ ਤਰ੍ਹਾਂ ਕਰਕੇ 18 ਫੁੱਟੀਆਂ ਸੜਕਾਂ 200-250 ਕਿਲੋਮੀਟਰ ਬਣਵਾਈਆਂ ਨੇ, ਬਹੁਤ ਕੁਛ ਕਰਾਇਆ, ਕਈ ਅੰਡਰਬ੍ਰਿਜ, ਕਈ ਕੁਛ ਕਰਾਇਆ ਹੈਗਾ। ਮੈਨੂੰ ਪੂਰਾ ਵਿਸ਼ਵਾਸ ਆ ਕਿ ਮੈਂ ਦੋਵੇਂ ਕੰਮ ਕੀਤੇ ਆ, ਪਾਰਲੀਮੈਂਟ 'ਚ ਬੋਲਿਆ ਵੀ ਹਾਂ ਔਰ ਜਿੰਨੇ ਮੈਕਸੀਮਮ ਕੰਮ ਅਪੋਜੀਸ਼ਨ MP ਕਰਾ ਸਕਦਾ ਉਹ ਸਾਰੇ ਮੈਂ ਕਰਵਾ ਕੇ ਵੀ ਦਿੱਤੇ। ਡਾਕਟਰ ਸਾਹਿਬ, ਪੰਜਾਬ ਦਾ ਸਭ ਬੜਾ ਮੁੱਦਾ ਜੋ ਰਹਾ ਹੈ ਉਹ ਕਿਸਾਨੋਂ ਕੋ ਲੈ ਕਰਕੇ ਰਹਾ ਹੈ। ਆਜ ਵੀ ਕਿਸਾਨ ਸੰਭੂ ਬਾਰਡਰ 'ਤੇ ਔਰ ਵੀ ਜੋ ਪੰਜਾਬ ਸੇ ਲੱਗਤੇ ਹੋਏ ਹਰਿਆਣਾ ਕੇ ਬਾਰਡਰ ਵਹਾਂ ਪਰ ਬੈਠੇ, ਕਿਆ ਲੱਗ ਰਿਹਾ ਹੈ ਕਿ ਉਸ ਮੁੱਦੇ ਕੋ ਲੈ ਕਰਕੇ ਕਿਸ ਤਰੀਕੇ ਸੇ ਦੇਖਤੇ ਹੈ, ਫਿਊਚਰ ਮੇਂ ਕਿਆ ਹੋਣੇ ਵਾਲਾ ਹੈ? ਦੇਖੋ, ਜਦੋਂ BJP ਸਰਕਾਰ ਨੇ ਆਰਡੀਨੈਂਸ ਲੈ ਕੇ ਆਏ ਸੀ 2019 'ਚ, ਮੈਂ ਪਾਰਲੀਮੈਂਟ ਦੇ ਅੰਦਰ ਵੀ ਔਰ ਬਾਹਰ ਵੀ ਉਹਦਾ ਵਿਰੋਧ ਕੀਤਾ। ਜਦੋਂ ਬਿੱਲ ਲੈ ਕੇ ਆਏ, ਲਾਅ ਲੈ ਕੇ ਆਏ, ਸਭ ਤੋਂ ਪਹਿਲਾਂ ਮੈਂ ਸਪੀਕਰ ਸੀ ਪੰਜਾਬ ਤੋਂ ਜਿਹਨੂੰ ਮੌਕਾ ਮਿਲਿਆ ਸੀ ਪਾਰਲੀਮੈਂਟ ਬੋਲਣ ਦਾ, ਔਰ ਮੈਂ ਉਹਦਾ ਵਿਰੋਧ ਕੀਤਾ ਔਰ ਮੈਂ ਦੱਸਿਆ ਕਿ ਇਹਦਾ ਨੁਕਸਾਨ ਕਿਵੇਂ ਕਿਵੇਂ ਕਿਸਾਨਾਂ ਨੂੰ, ਪੰਜਾਬ ਨੂੰ, ਮੰਡੀਆਂ ਨੂੰ, ਆੜ੍ਹਤੀਆਂ ਨੂੰ ਕਿਸ ਤਰ੍ਹਾਂ ਨੁਕਸਾਨ ਹੋਏਗਾ, ਉਹ ਸਾਰੀਆਂ ਗੱਲਾਂ ਦੱਸੀਆਂ। ਠੀਕ ਹੈ ਜੀ, ਉਹਨਾਂ ਨੇ ਮੈਜੋਰਿਟੀ ਉਹਨਾਂ ਦੀ ਕਾਨੂੰਨ ਬਣਾ ਦਿੱਤਾ। ਠੀਕ ਹੈ, ਉਹ ਕਿਸੇ ਜੀ ਸੁਣਦੇ ਨਹੀਂ, ਕਿਸਾਨ 1.5 ਸਾਲ ਬੈਠੇ ਰਹੇ, ਫਿਰ ਪ੍ਰੈਸ਼ਰ ਚਾ ਕੇ ਉਹਨਾਂ ਨੇ ਵਾਪਸ ਲਿਆ। ਠੀਕ ਹੈ, ਹੁਣ ਫਿਰ ਉਹ ਕੁਛ ਕਰ ਨਹੀਂ ਰਹੇ। ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਅਸੀਂ ਵਾਅਦਾ ਕੀਤਾ ਹੈਗਾ ਕਿ ਅਸੀਂ ਸਾਡੀ ਸਰਕਾਰ ਬਣਦਿਆਂ ਹੀ, ਕੇਂਦਰ 'ਚ ਕਾਂਗਰਸ ਲੈਡ ਇੰਡੀਆ ਅਲਾਇੰਸ ਬਣਦਿਆਂ ਹੀ, ਅਸੀਂ MSP ਦਾ ਇੱਕ ਕਾਨੂੰਨ ਬਣਾਵਾਂਗੇ, ਸਵਾਮੀਨਾਥਨ ਫਾਰਮੂਲੇ ਦਾ, ਔਰ ਸਾਰੇ ਕਿਸਾਨਾਂ ਨੂੰ ਇਹ ਝਗੜਾ ਹਮੇਸ਼ਾ ਲਈ ਅਸੀਂ ਖਤਮ ਕਰ ਦਿਆਂਗੇ। ਅਸੀਂ ਨੌਜਵਾਨਾਂ ਨੂੰ 1 ਲੱਖ ਰੁਪਇਆ ਸਾਲ ਦਾ ਦੇਵਾਂਗੇ, ਉਹਨਾਂ ਨੂੰ ਅਪ੍ਰੈਂਟਿਸ਼ਿਪ ਕਰਾਵਾਂਗੇ, ਟ੍ਰੇਨਿੰਗ ਕਰਾਵਾਂਗੇ, ਜਿੰਨੀਆਂ ਪੋਸਟਾਂ ਖਾਲੀ ਪਈਆਂ 30 ਲੱਖ ਕੇਂਦਰ ਸਰਕਾਰ ਸਾਰੀਆਂ ਭਰਾਂਗੇ। ਗਰੀਬ ਪਰਿਵਾਰਾਂ ਨੂੰ ਸਾਲਾਨਾ 1 ਲੱਖ ਰੁਪਇਆ, 8.5 ਹਜ਼ਾਰ ਰੁਪਇਆ ਮਹੀਨਾ ਸਾਰੇ ਗਰੀਬ ਪਰਿਵਾਰਾਂ ਨੂੰ ਦੇਵਾਂਗੇ। ਤੁਸੀਂ ਪੁੱਛੋਗੇ ਕਿ ਪੈਸੇ ਕਿੱਥੋਂ ਆਉਣੇ ਆ? ਇਹ ਸਰਕਾਰ, ਮੋਦੀ ਸਾਹਿਬ ਦੀ ਸਰਕਾਰ, ਹੁਣੇ 15 ਲੱਖ ਕਰੋੜ ਅਮੀਰ ਲੋਕਾਂ ਦਾ, ਕਾਰਪੋਰੇਟਸ ਦਾ ਇਹਨਾਂ ਨੇ ਕਰਜ਼ਾ ਮਾਫ਼ ਕੀਤਾ। ਕਾਰਪੋਰੇਟ ਟੈਕਸ 30% ਸੀ, ਉਹਨੂੰ 15% ਕਰਤਾ। ਉਹ ਸਾਰਾ ਜਿਹੜਾ ਪੈਸਾ ਬਚੂਗਾ
ਉਹ ਸਾਰਾ ਅਸੀਂ ਕਿਸਾਨਾਂ ਵੱਲ ਔਰ ਗਰੀਬਾਂ ਲੋਕਾਂ ਵੱਲ ਕਰ ਦੇਣਾ ਹੈ। ਡਾਕਟਰ ਸਾਹਿਬ, ਕਿਸ ਤਰੀਕੇ ਸੇ ਦੇਖਦੇ ਪੰਜਾਬ ਕੀ ਰਾਜਨੀਤੀ ਮੇਂ ਦੇਖਾ ਜਾ ਰਿਹਾ ਕਿ ਜੋ ਕਾਂਗਰਸ ਪਾਰਟੀ ਕੇ ਐਮ ਪੀ ਜੋ ਸਿਟਿੰਗ ਐਮ ਪੀ ਵੀ ਹੈ, ਕੁਛ ਬੜੇ ਲੀਡਰ ਵੀ ਦੂਸਰੀ ਪਾਰਟੀਓ ਮੇਂ ਜਾ ਰਹੇ ਹੈ, ਦੂਸਰੀ ਪਾਰਟੀਓ ਕੇ ਲੋਕ ਕਿਸੀ ਔਰ ਪਾਰਟੀਓ ਮੇਂ ਜਾ ਰਹੇ ਹੈ, ਤੋ ਕਿਸ ਤਰੀਕੇ ਸੇ ਦੇਖਤੇ ਹੈ ਕਿ ਇਸ ਇਲੈਕਸ਼ਨ ਮੇਂ ਉਸਕਾ ਕਿਤਨਾ ਨੁਕਸਾਨ ਹੋਣੇ ਵਾਲਾ ਹੈ ਜਾਂ ਫਾਇਦਾ ਹੋਣੇ ਵਾਲਾ ਹੈ? ਦੇਖੋ, ਇਹ ਤਾਂ ਜਿਹੜਾ ਵੀ ਇਹ ਪਾਰਟੀ ਛੱਡਦਾ ਔਰ ਜੰਪਿੰਗ ਕਰਦਾ, ਇਦੋਂ ਕੋਈ ਮਾੜੀ ਗੱਲ ਹੋ ਨਹੀਂ, ਬੁਰੀ ਗੱਲ ਹੋ ਨਹੀਂ ਸਕਦੀ। ਦੇਖੋ, ਹਰ ਆਦਮੀ ਦੀ ਪਾਰਟੀ ਉਹਦੀ ਮਾਂ ਹੁੰਦੀ ਆ, ਆਪਣੀ ਮਾਂ ਨੂੰ ਛੱਡ ਕੇ ਚਲੇ ਜਾਂਦੇ ਆ। ਜਿਨ੍ਹਾਂ ਨੇ ਇੰਨਾ ਕੁਛ ਦਿੱਤਾ ਹੋਵੇ, ਤੁਹਾਨੂੰ MLA ਬਣਾਇਆ ਹੋਵੇ, MP ਬਣਾਇਆ ਹੋਵੇ, ਤੁਹਾਨੂੰ ਲੀਡਰ ਬਣਾਇਆ ਹੋਵੇ, ਉਹਨੂੰ ਛੱਡ ਕੇ ਚਲੇ ਜਾਓ, ਇਹ ਤਾਂ ਫਿਰ ਉਹਨਾਂ ਦਾ ਉਹ ਕਿੰਨਾ ਉਹਨਾਂ 'ਚ ਨੈਤਿਕਤਾ ਅਤੇ ਉਹਨਾਂ ਨੇ ਕੰਮ ਕੀਤਾ ਹੈਗਾ, ਇਹ ਉਹਨਾਂ ਦੀ ਜ਼ਿੰਮੇਦਾਰੀ ਹੈ ਕਿ ਉਹਦਾ ਜਵਾਬ ਦੇਣ। ਪਰ ਮੈਂ ਕਹੂੰਗਾ ਕਿ ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਹੈਗਾ, ਇਹਦੇ 'ਚ ਕਿਸੇ ਚੀਜ਼ ਦੀ ਅੱਛਾਈ ਨਜ਼ਰ ਨਹੀਂ ਆ ਰਹੀ। ਕੋਈ ਮੁੱਦਾ ਹੈਗਾ, ਉਹ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰੋ, ਪਾਰਟੀ ਛੱਡ ਕੇ ਉਹਦਾ ਕੀ ਮਤਲਬ ਹੈਗਾ? ਤੁਹਾਨੂੰ ਪਾਰਟੀ ਨੇ ਇੰਨਾ ਕੁਛ ਦਿੱਤਾ, ਇੱਕ ਮਿੰਟ ਵੀ ਨਹੀਂ ਸੋਚਿਆ ਕਿ ਪਾਰਟੀ ਦਾ ਥੋੜ੍ਹਾ ਬਹੁਤ ਸਾਡੇ 'ਤੇ ਅਹਿਸਾਨ ਹੈਗਾ? ਕਿਸ ਤਰੀਕੇ ਸੇ ਦੇਖਤੇ ਇਸ ਵਾਰ ਕਾ ਇਲੈਕਸ਼ਨ ਆਪਣੇ ਕੰਪੇਨਿੰਗ ਸ਼ੁਰੂ ਕਰ ਦੀ ਹੈ, ਮੁਝੇ ਪਤਾ ਲੱਗਾ ਕਿ ਆਪ ਏਰੀਆ ਮੇਂ ਜਾਣਾ ਸ਼ੁਰੂ ਕਰ ਦੀਏ, ਕਿਆ ਇਸ ਵਾਰ ਜੋ ਲੋਕ ਹੈ ਉਹ ਉਸਕੋ ਕਿਸ ਬਾਤ ਪਰ ਆਪ ਵੋਟ ਮੰਗ ਰਹੇ ਹੈ ਔਰ ਕਿਆ ਆਸ਼ਵਾਸਨ ਦੇ ਰਹੇ ਹੈ? ਦੇਖੋ, ਮੈਂ ਆਪਣੀ ਪਰਫੋਰਮੈਂਸ 'ਤੇ ਜੋ ਮੈਂ ਪਾਰਲੀਮੈਂਟ 'ਚ ਬੋਲਿਆ, ਜੋ ਮੈਂ ਕੰਮ ਕਰਾ ਕੇ ਦਿੱਤੇ ਆ, ਠੀਕ ਹੈ, ਔਰ ਜੋ ਕਾਂਗਰਸ ਪਾਰਟੀ ਨੇ ਅੱਗੇ ਕਰਕੇ ਦੇਣਾ ਹੈਗਾ, ਉਹ ਸਾਰੀਆਂ ਚੀਜ਼ਾਂ ਲੈ ਕੇ ਅੱਗੇ ਵਧਿਆ ਹੈਗਾ। ਔਰ ਬਹੁਤ ਅੱਛਾ ਰਿਸਪੋਂਸ ਆ, ਅੱਜ ਅਸੀਂ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਰਾਏਕੋਟ ਵਿਧਾਨ ਸਭਾ 'ਤੇ ਬੁਲਾਇਆ ਸੀ, ਕੱਲ੍ਹ ਅਸੀਂ ਸਾਰਾ ਬੱਸੀ ਪਠਾਣਾ ਹਲਕੇ ਦੇ ਲੋਕਾਂ ਨੂੰ ਬੁਲਾਇਆ, ਸਭ ਜਗ੍ਹਾ ਬਹੁਤ ਸੋਹਣਾ ਰਿਸਪੋਂਸ ਆ। ਕੱਲ੍ਹ ਮੈਂ ਤਿੰਨ ਵਿਧਾਨ ਸਭਾ ਹਲਕਿਆਂ 'ਚ ਹੈਗਾ ਸੀ, ਬਹੁਤ ਸੋਹਣਾ। ਔਰ ਲੋਕ ਇਹ ਆਪਣੇ ਆਪ ਹੀ ਆਪ ਮੁਹਾਰੇ ਕਹਿੰਦੇ ਆ ਕਿ ਮੋਦੀ ਜੀ ਨੇ ਤਾਂ ਮੁਲਕ ਦਾ ਸੱਤਿਆਨਾਸ਼ ਕਰਤਾ, ਤਾਨਾਸ਼ਾਹੀ ਵਾਲੀ ਸਰਕਾਰ ਆ, ਔਰ ਜ਼ਮੀਨਾਂ ਲੈ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੇ। ਇੱਥੋਂ ਦਾ ਕਿਸਾਨ ਬਿਲਕੁਲ ਹੱਥ ਖੜਾ ਕਰਕੇ ਕਹਿ ਰਿਹਾ ਵੀ ਇਹਨਾਂ ਨੂੰ ਨਹੀਂ ਅਗਲੀ ਵਾਰ ਵੋਟ ਪੈਣ ਦੇਣੀ। ਡਾਕਟਰ ਸਾਹਿਬ, ਮੈਂ ਆਪਸੀ ਇਹ ਪੁੱਛਣਾ ਚਾਹਤਾ ਹੂੰ, ਜੋ ਕਾਂਗਰਸ ਪਾਰਟੀ ਨੇ ਇਸ ਵਾਰ ਮੈਨੀਫੈਸਟੋ ਬਣਾਇਆ ਹੈ, ਇੱਕ IAS ਆਫਿਸਰ ਆਪ ਕੇਂਦਰ ਮੇਂ ਰਹੇ ਹੈਂ, ਆਪਕਾ ਬਹੁਤ ਬੜਾ ਤਜੁਰਬਾ ਹੈ, ਕਿਆ ਜੋ ਮੈਨੀਫੈਸਟੋ ਕ੍ਰੀਏਟ ਕੀਆ ਕਾਂਗਰਸ ਪਾਰਟੀ ਨੇ, ਕਿਆ ਪੂਰਾ ਹੋ ਸਕਤਾ ਹੈ? ਬਿਲਕੁਲ, ਜਦੋਂ ਵੱਡੇ ਲੋਕਾਂ ਨੂੰ ਲੁੱਟ ਚੱਲ ਰਹੀ ਹੈ ਜਿਸ ਮੁਲਕ 'ਚ, ਉਹਨੂੰ ਲੁੱਟ ਆਪਾਂ ਸਾਰੇ ਵਰਗਾਂ 'ਚ ਵੰਡ ਦੇਵਾਂਗੇ ਤਾਂ ਹੋ ਜਾਣਾ? ਇਹ ਤਾਂ ਸਿਰਫ ਮੋਦੀ ਸਾਹਿਬ ਵਾਲੀ ਸਰਕਾਰ ਤਾਂ ਸਿਰਫ ਵੱਡੇ ਲੋਕਾਂ ਦਾ ਕੰਮ ਕਰਦੀ ਆ, ਕੰਪਨੀਆਂ ਦਾ ਕੰਮ ਕਰਦੀ ਆ, ਕਿਹਦਾ ਕੰਮ ਦੂਸਰੇ ਦਾ ਕਰਦੀ ਹੈਗੀ ਆ? ਉਹ ਜਦੋਂ ਆਪਾਂ ਉਸ ਤਰ੍ਹਾਂ ਦੀ ਬੰਦਰ ਵੰਡ ਨਹੀਂ ਕਰਾਂਗੇ, ਇਹ ਲੋਕਾਂ ਨੂੰ ਆਮ ਲੋਕਾਂ ਨੂੰ ਪੈਸਾ ਚਲਿਆ ਜਾਣਾ ਹੈਗਾ। ਪੈਸਾ ਤਾਂ ਹੈਗਾ, 50 ਲੱਖ ਕਰੋੜ ਦਾ ਬਜਟ ਹੈ ਕੇਂਦਰ ਸਰਕਾਰ ਦਾ, ਕਿਉਂ ਉੱਤੇ ਨੂੰ ਭੇਜੀ ਜਾ ਰਹੇ ਹੈਗੇ? ਔਰ ਉਹਨਾਂ ਨੂੰ ਟੈਕਸ ਛੱਡਣ ਦਾ ਕੀ ਮਤਲਬ ਹੈਗਾ, ਦੱਸੋ ਤਾਂ ਸਹੀ। ਕਿਸਾਨਾਂ ਦੇ ਤਾਂ ਟਰੈਕਟਰ 'ਤੇ ਵੀ, ਉਹਨਾਂ ਦੇ ਪਾਰਟਸ 'ਤੇ ਵੀ, ਹਰ ਚੀਜ਼ 'ਤੇ ਟੈਕਸ ਹੈਗਾ, ਕਿਉਂ ਬਾਈ? ਔਰ GST ਤੁਸੀਂ ਮਜ਼ਦੂਰਾਂ ਤੋਂ ਵੀ ਲੈਂਦੇ ਹੋ, ਹਰ ਬੰਦੇ ਤੋਂ ਲੈ ਰਹੇ ਹੋ, ਕਿਉਂ ਜੀ? ਔਰ ਉਹਨਾਂ ਦਾ ਟੈਕਸ ਕਿਉਂ ਛੱਡੀ ਜਾ ਰਹੇ ਹੋ? ਇਹ ਕੋਈ ਗੱਲ ਹੈਗੀ ਆ? ਤੁਸੀਂ ਬਰਾਬਰੀ ਰੱਖੋ ਨਾ। ਪਹਿਲੀ ਗੱਲ ਤਾਂ ਅਮੀਰ ਤੋਂ ਜ਼ਿਆਦਾ ਲੈਣਾ ਚਾਹੀਦਾ ਔਰ ਗਰੀਬ ਤੋਂ ਲੈਣਾ ਨਹੀਂ ਚਾਹੀਦਾ। ਇਹ ਤਾਂ ਉਲਟਾ ਕਰ ਰਹੇ, ਉਹਦਾ ਛੱਡੀ ਜਾ ਰਹੇ, ਇਹਨਾਂ ਨੂੰ ਠੋਕੀ ਜਾ ਰਹੇ। ਪੈਟਰੋਲ ਡੀਜ਼ਲ ਦੀ ਕੀ ਹਾਲਤ ਆ, ਮਹਿੰਗਾਈ ਦੀ ਕੀ ਹਾਲਤ ਆ, ਸਾਰੇ ਮੁਲਕ 'ਚ ਕੀ ਹਾਲਤ ਹੋਈ ਪਈ ਆ। ਡਾਕਟਰ ਸਾਹਿਬ, ਲਾਸਟ ਕੁਸ਼ਚਨ, ਪੰਜਾਬ ਨੇ ਕਾਂਗਰਸ ਪਾਰਟੀ ਕਿਤਨੀ ਸੀਟ ਜਿੱਤ ਰਹੀ ਹੈ?
ਅਸੀਂ 13 ਦੇ 13 ਸੀਟਾਂ ਜਿੱਤਾਂਗੇ, ਘੱਟ ਤੋਂ ਘੱਟ 11 ਸੀਟਾਂ ਜਿੱਤਾਂਗੇ। ਜੀ ਬਿਲਕੁਲ, ਡਾਕਟਰ ਸਾਹਿਬ ਕਹਿ ਰਹੇ ਹੈ ਕਿ ਇਸ ਬਾਰ ਕੇ ਇਲੈਕਸ਼ਨ ਮੇਂ ਕਾਂਗਰਸ ਪਾਰਟੀ 13 ਕੀ 13 ਸੀਟੇ ਜਿੱਤਣੇ ਜਾ ਰਹੀ ਹੈ, ਅਗਰ ਕਮ ਸੇ ਕਮ ਅਗਰ ਜਿੱਤੀ ਹੈ ਤੋ 11 ਸੀਟੇ ਜਿੱਤੇਗੀ। ਰਾਜੇਸ਼ ਗੌਤਮ, ਜਗਬਾਣੀ ਟੀਵੀ, ਲੁਧਿਆਣਾ।